Hadi Gold, an Islamic record label. ਹੁਸੈਨ ਦੇ ਨਾਨੇ ਦੀ ਵਾਸਤੇ ਲੜਨਾ ਬੜਾ ਔਖਾ ਜਿਹਾ ਕੰਮ ਹੋਇਆ ਸੀ, ਲੇਕਿਨ ਸਾਡਾ ਵੀਰ ਹਰ ਮੈਦਾਨ 'ਚ ਪੂਰਾ ਉਤਰਿਆ। ਅਲਾਲਤ ਦੇ ਬਾਵਜੂਦ ਇਸ ਮਹਿਫਲ ਵਿੱਚ ਤਸ਼ਰੀਫ ਫਰਮਾ ਹੋਏ। ਮੈਂ ਚੱਠਾ ਸਾਹਿਬ ਨੂੰ ਦਿਲ ਦੀ ਅਥਾਹ ਗਹਿਰਾਈਆਂ ਨਾਲ ਵੈਲਕਮ ਕਰਾਂਗਾ। ਖੁਸ਼ ਆਮਦੇਦ, ਅਹਲਮ ਵਸਲਮ ਮਰਹਬਾ। ਅੱਲਾਹ ਤਾਲਾ ਮਜ਼ੀਦ ਮੁਹੱਬਤਾਂ ਅਤਾ ਫਰਮਾਏ। ਯਕੀਨਨ ਤੂਰ ਬਰਾਦਰਾਂ ਨੇ ਆਪਣੇ ਵਾਲਿਦ ਗ੍ਰਾਮੀ ਦੇ ਸਾਰੇ ਸਵਾਬ ਵਾਸਤੇ ਇਸ ਮਹਿਫਲ ਪਾਕ ਦਾ ਇਨਕਾਦ ਕੀਤਾ। ਮੈਂ 3-4 ਮਿੰਟ ਤੁਹਾਡੇ ਲੈ ਕੇ ਆਪਣੇ ਮੁਹਤਰਮ ਦੇ ਮਾਈਕ ਹਵਾਲੇ ਕਰਕੇ ਤੁਹਾਡੇ ਕੋਲ ਇਜਾਜ਼ਤ ਲੈ ਲੈਣੀ ਹੈ, ਕਿਉਂਕਿ ਫੌਰਨ ਬਾਬਾ ਜੀ ਤਸ਼ਰੀਫ ਲਿਆਉਣਗੇ ਚੱਠਾ ਸਾਹਿਬ ਦੇ ਬਿਆਨ ਤੋਂ ਬਾਅਦ। ਬਾਬਾ ਜੀ ਤਾਂ ਵੈਸੇ ਵੀ ਆਪਣਾ ਨਾਂ ਨਹੀਂ ਲੈਣ ਦਿੰਦੇ ਕਿਸੇ ਨੇ, ਤਾਂ ਉਹਨਾਂ ਮਾਈਕ ਉਹਨਾਂ ਦੇ ਹਵਾਲੇ ਹੋ ਜਾਣਾ, ਅਤੇ ਇਨਸ਼ਾਅੱਲਾ ਇਹ ਮਹਿਫਲ ਦਾ ਹੁਸਨ ਜਿਹੜਾ ਉਹ ਕਾਫੀ ਬਹਾਲ ਹੈ, ਕਾਫੀ ਦੇਰ ਤੋਂ ਬਹਾਲ ਹੈ। ਚੌਧਰੀ ਹਸਾਨੁੱਲਾ ਤੂਰ ਸਾਹਿਬ, ਜਨਾਬੇ ਚੌਧਰੀ ਅਬਦੁਲ ਗਫੂਰ ਅਬਦੁਲ ਕਯੂਮ ਤੂਰ ਸਾਹਿਬ, ਭਾਈ ਅਬਦੁੱਲਾ ਤੂਰ ਸਾਹਿਬ, ਚੌਧਰੀ ਨਸੀਬੁੱਲਾ ਤੂਰ ਸਾਹਿਬ, ਇਹਨਾਂ ਦੇ ਤਮਾਮ ਕਜ਼ਨ ਰਹਿਮਤੁੱਲਾ ਤੂਰ ਸਾਹਿਬ, ਹਾਫਿਜ਼ ਜ਼ਫਰੁੱਲਾ ਤੂਰ ਸਾਹਿਬ, ਫੁਰਕਾਨ ਸਾਹਿਬ, ਅਬਦੁਲ ਸਲਾਮ ਤੂਰ ਸਾਹਿਬ, ਸ਼ਕੀਲ ਗੁਜਰ ਸਾਹਿਬ, ਪੂਰੀ ਟੀਮ ਨੂੰ ਮੈਂ ਦਿਲ ਦੀ ਹੱਥਾਂ ਗਹਿਰਾਈਆਂ ਨਾਲ ਕਰੋੜਾਂ ਵਾਰ ਮੁਬਾਰਕਬਾਦ ਪੇਸ਼ ਕਰਾਂਗਾ। ਮੇਰੇ ਭਾਈ ਆਸਿਫ ਸ਼ੀਰ ਸਾਹਿਬ, ਮੇਰੇ ਮੋਹਤਰਮ ਸਾਥੀ ਉਲਮਾ ਕਰਾਮ ਦਾ ਜੰਮੇ ਗਫੀਰ ਔਰ ਸਾਹਿਬਜ਼ਾਦਾ ਵਾਲਾ ਸ਼ਾਨ ਸਾਹਿਬਜ਼ਾਦਾ ਮੁਹੰਮਦ ਉਸਮਾਨ ਆਰਿਫ ਮੁਹੰਦੀ ਐਨਵੀ ਸੈਫੀ ਸਾਹਿਬ, ਦਾਮਦ ਬਰਕਾਤ ਨੂੰ ਗੁਜ਼ਰਿਆ ਕਿੱਥੇ ਨੇ। ਅੰਜਮਨ ਤਲਬਾ ਇਸਲਾਮ ਜਿਹਨੇ ਮੈਨੂੰ ਜ਼ੁਬਾਨ ਦਿੱਤੀ ਹੈ, ਇਹ ਜਿਹੜੀ ਜ਼ੁਬਾਨ ਹੈ ਨਾ ਅੱਲਾ ਰਸੂਲ ਦਾ ਸਦਕਾ ਮੈਨੂੰ ਇਹ ਏਟੀਏ ਦੇ ਹਵਾਲੇ ਦੇ ਨਾਲ ਲੱਭੀ। ਮੁਹੰਮਦ ਉਸਮਾਨ ਸਾਹਿਬ ਅੰਜਮਨ ਤਲਬਾ ਇਸਲਾਮ ਦੇ ਹਵਾਲੇ ਨਾਲ ਜਾਨ ਵੀ ਕੁਰਬਾਨ, ਜਨਾਬ ਜਿੰਦ ਜਾਨ ਕੁਰਬਾਨ। ਮੈਂ ਚੱਠਾ ਸਾਹਿਬ ਕਿਬਲਾ ਵੱਲ ਸਫ਼ਰ ਕਰਨ ਲੱਗਾ, ਦੋ ਸ਼ੇਰ ਮੈਂ ਤੁਹਾਡੇ ਹਵਾਲੇ ਕਰਾਂ, ਉਸ ਤੋਂ ਬਾਅਦ ਇਜਾਜ਼ਤ ਲਾਂ ਆਪਣੇ ਮੋਹਤਰਮ ਦੇ ਮਾਈਕ ਹਵਾਲੇ ਕਰਕੇ। ਮੰਡੀ ਬਹੁਤ ਦੀਨ ਦਾ ਹੁਸਨ ਨੇ ਅਮੀਰ ਨੇ ਤਹਿਰੀਕੇ ਲੱਭਾਈ ਯਾ ਰਸੂਲੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੇ। ਬੱਚਾ ਬੱਚਾ ਸੁਨੀਆਂ ਦਾ ਕੌਣ ਕਹਿਤਾ ਹੈ ਕਿ ਬਾਬਾ ਜੀ ਕਾ ਇੰਤਕਾਲ ਹੋ ਗਿਆ ਹੈ। ਬਾਬਾ ਜੀ ਤੋਂ ਹਰ ਸੀਨੇ ਮੇਂ ਮੁੰਤਕਿਲ ਹੋ ਗਏ, ਹਰ ਸੀਨੇ ਮੇਂ ਮੁੰਤਕਿਲ ਅਲਹਮਦੁਲਿਲਾਹ ਸੁਮਾ ਇਨਸ਼ਾਅੱਲਾਹ। ਆਪ ਦੇਖੇ ਕਿ ਡਾਕਟਰ ਕਹਿਤਾ ਹੈ 3 ਘੰਟੇ ਡੈਡ ਬਾਡੀ ਘਰ 'ਚ ਪਈ ਰਹੇ ਨਾ, ਸਾਇੰਸ ਕਹਿੰਦੀ ਹੈ ਸਾਇੰਸ, ਉਹਦੇ ਚਿਹਰੇ ਦੀ ਰੰਗਤ ਬਦਲ ਜਾਂਦੀ ਹੈ। 10 ਘੰਟੇ ਪਈ ਰਹੇ ਪੈਰਾਂ ਦੇ ਨੱਖ ਮਤਲਬ ਲੈ ਕੇ ਸਿਰ ਦੇ ਵਾਲਾਂ ਤੱਕ, ਜਿੰਜ ਦੇ ਸਿਰ ਦੇ ਵਾਲ ਕਾਲੇ ਨੇ, ਬੰਦਾ ਇੰਨਾ ਕਾਲਾ ਹੋ ਜਾਂਦਾ। ਲੇਕਿਨ ਬਾਬਾ ਜੀ 10 ਘੰਟੇ ਨਹੀਂ 3 ਦਿਨ ਦਾਤ ਅਲੀ ਹਜਵੇਰੀ ਦੇ ਕਦਮਾਂ 'ਚ ਪੈ ਰਹੇ, ਚਿਹਰੇ ਦੀ ਅੰਗਤ ਨਿਖਰ ਨਿਖਰ ਕੇ ਕਹਿ ਰਹੀ ਸੀ, ਮੈਂ ਬਸ ਸੁਨੀ ਹੂੰ ਜਮੀਲ ਕਾਦਰੀ ਮਰਨੇ ਕੇ ਬਾਅਦ ਮੇਰਾ ਲਾਸ਼ਾ ਵੀ ਕਹੇਗਾ ਸਲਾਤੁ ਵਸਲਾਮ। ਮੈਂ ਜਿਹੜੇ 2 ਸ਼ੇਰ ਦੇਣੇ ਨੇ ਉਹ ਸਮਾਪਤ ਕਰੋ ਔਰ ਆਪਣੇ ਮੁਹਤਰਮ ਵੀਰ ਦੇ ਮਾਈਕ ਹਵਾਲੇ ਕਰਕੇ। ਦਿਲ ਤੇ ਕਰਦਾ ਸੀ ਬਹਿ ਕੇ ਸੁਣਾ, ਲੇਕਿਨ ਮਾਦਰਾ ਜੀ ਨਕਾਬਤ ਹੈ ਮੇਰੀ, ਅੱਗੇ ਕੋਈ ਅੱਗੇ ਸਦਾਰਤ ਨਹੀਂ ਤੇ ਮੇਰਾ ਜਾਣਾ ਅੱਗੇ ਜ਼ਰੂਰੀ ਹੈ। 2 ਸ਼ੇਰ ਤੁਸੀਂ ਸਮਾਪਤ ਫਰਮਾਓ ਤੇ ਹਜ਼ਰਤ ਦੇ ਮਾਈਕ ਹਵਾਲੇ ਕਰੀਏ। ਤਵਜੋ ਨਾਲ ਕਿ ਹੁਸਨੇ ਬਦਰ ਦੁਜਾ ਦੇਖਦੇ ਰਹਿ ਗਏ ਚਿਹਰਾ ਮੁਸਤਫਾ ਦੇਖਦੇ ਰਹਿ ਗਏ, ਬਦਰੋ ਦੁਜਾ ਦੇਖਦੇ ਰਹਿ ਗਏ ਸਾਰੇ ਬੋਲੇਗੇ ਸਾਰੇ ਚਿਹਰਾ ਮੁਸਤਫਾ ਦੇਖਦੇ ਰਹਿ ਗਏ, ਉਸਨੇ ਬਦਰੋ ਦੁਜਾ ਦੇਖਦੇ ਰਹਿ ਗਏ ਚਿਹਰਾ ਮੁਸਤਫਾ ਦੇਖਦੇ ਰਹਿ ਗਏ, ਉਸਨੇ ਇਕਰਾ ਕੋ ਦੇਖਾ ਥਾ ਜਿਬਰੀਲ ਨੇ ਹਮ ਤੋ ਗਾਰੇ ਹਿਰਾ ਦੇਖਤੇ ਰਹਿ ਗਏ, ਉਸਨੇ ਇਕਰਾ ਤੋ ਦੇਖਾ ਥਾ ਜਿਬਰੀਲ ਨੇ ਹਮ ਅਲ ਹਜ਼ਰਤ ਪੀਰ ਸੈਯਦ ਮਿਹਰ ਅਲੀ ਸ਼ਾਹ ਰਹਿਮਤੁਲਾਹ ਅਲੈ ਆਪ ਕਹਤੇ ਹੈ ਇਸ ਸੂਰਤ ਨੂੰ ਮੈਂ ਜਾਨ ਆਖਾ ਜਾਨ ਆਖਾ ਕੇ ਜਾਨ ਜਹਾਨ ਆਖਾ ਸੱਚੀ ਆਖਾ ਰੱਬ ਦੀ ਮਸ਼ਾਨ ਆਖਾ ਜਿਸ ਸ਼ਾਨ ਦੀ ਸ਼ਾਨਾ ਸਭ ਬਣੀਆ ਸੁਭਾਨ ਅੱਲਾ ਮਾ ਅਜਮਲਕਾ ਮਾ ਅਸਨਕਾ ਮਾ ਅਕਮਲਕਾ ਕਿਤੇ ਮਿਹਰੇ ਅਲੀ ਕਿਤੇ ਤੇਰੀ ਸਨਾ ਗੁਸਤਾਖ ਅੱਖੀਆਂ ਕਿਤੇ ਜਾ ਰਹੇ ਗਏ ਦੇਖਦੇ ਉਸਨੇ ਬਦਰੁ ਦੁਜਾ ਦੇਖਦੇ ਰਹਿ ਗਏ ਉਸਨੇ
बदरु दुजा देखते रह गए चेहराए मुस्तफा देखते रह गए। उसने इकरा तो देखा था जिब्रील ने, हम तो गा रहे हिरा देखते रह गए। याद दो टुकड़े होकर तसद्दुक हुआ दुश्मन ने मुस्तफा देखते रह गए। दो टुकड़े होकर तसद्दुक हुआ मेरे गिलावे मेरे दो अशआर मुकम्मल हो गए हैं अल्हम्दुलिल्लाह। लिखना तीसरी तरह कभी छिपता नहीं है। मेरा रेवान का इंतहाई खूबसूरत मेहमान अहले सुन्नत की जिंद जान जिन्होंने अपनी जिंदगी ठीक है जनाब देखें आप। मैं आज मंडी बहुदीन बढ़िया थे बड़े बड़े इश्तिहार लगे हुए सन मुख्तलिफ मामला किसी की निजाबादी का मुकाबला किसी का इतने किसी का कुछ किसी का कुछ वाह चट्ठा साहब अल्लाह की कसम है जी पुत्र बंदा जटा का हो फिर सिर ते अमामा रख ले फिर नबी पाक ने दीन का सफाई बन जाए। ये किसी की नजर का असर होता है ये किसी की दीदी तौफीक का असर होता है। अलालत के बावजूद आप तशरीफ लाए मैं तूर बरादरान की तरफ से शाह साहब की तरफ से आपका शुक्रिया अदा करता हूँ। एक नारा लगाएंगे मेरे मसलक मेरी जमात मेरे अकीदे मेरे मसलक की अजीम बहार जनाब चौधरी मोहम्मद नईम चट्ठा साहब आप तशरीफ लाते हैं जो कि अमीर हैं तहरीक लब्बैक या रसूलुल्लाह सल्लल्लाहु अलैहि वसल्लम पाकिस्तान के। जरा हाथ उठा के नारा तकबीर नारा रिसालत नारा तहकीक नारा हैदरी नारा गौसिया हर सहाबी ए नबी हर सहाबी ए नबी। दोनों हाथ उठा के ताजदारे खत्मे नबूवत ताजदारे खत्मे नबूवत लब्बैक।